ਸਾਲ 2015 ਤੋਂ ਭਰਤੀ ਘੁਟਾਲੇ ਦੀ ਅਗਵਾਈ ਕਰਦੇ ਆ ਰਹੇ ਇਸ ਸ਼ਖਸ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ 16 ਮਈ 2017 ਨੂੰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਕਾਬੂ ਕੀਤਾ ਸੀ। ਇਸ ਮਾਮਲੇ ਦਾ ਸਭ ਤੋਂ ਮਹੱਤਵਪੂਰਨ ਤੱਤ ਇਹ ਵੀ ਹੈ ਕਿ ਪੰਜਾਬ ਦੇ ਵਿਭਾਗਾਂ ਵਿੱਚ ਸਰਕਾਰੀ ਨੌਕਰੀਆਂ ਦੀ ਨਿਲਾਮੀ ਕਰਨ ਵਾਲਾ ਇਹ ਗਰੋਹ ਉੱਤਰੀ ਭਾਰਤ ਦੇ ਹੋਰਨਾਂ ਕਈ ਸੂਬਿਆਂ ਇੱਥੋਂ ਤੱਕ ਕਿ ਕੌਮੀ ਪੱਧਰ ਦੇ ਇਮਤਿਹਾਨ ਪਾਸ ਕਰਾਉਣ ਲਈ ਵੀ ਵੱਡਿਆਂ ਘਰਾਂ ਦੇ ਕਈ ਨਲਾਇਕ ਬੱਚਿਆਂ ਨੂੰ ਪੈਸੇ ਦੇ ਦਮ 'ਤੇ ਸਰਕਾਰੀ ਦਫ਼ਤਰਾਂ ਦੀਆਂ ਪੌੜੀਆਂ ਚਾੜਨ ਵਿੱਚ ਕਾਮਯਾਬੀ ਹਾਸਲ ਕਰਨ ਦੇ ਤੱਥ ਸਾਹਮਣੇ ਆਏ। ਖੈਰ, ਸਭ ਤੋਂ ਪਹਿਲਾਂ ਗੱਲ ਪੰਜਾਬ ਦੀ ਕਰੀਏ। ਇਹ ਗੱਲ ਸਾਲ 2016 ਦੀ ਹੈ। ਇੱਕ ਦਿਨ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਾਣਕਾਰੀ ਇੱਕ ਵਿਅਕਤੀ ਜਦੋਂ ਬਾਦਲ ਦੇ ਸਨਮੁੱਖ ਹੋ ਕੇ ਬਿਆਨ ਕਰਦਾ ਹੈ ਕਿ ਮੇਰੇ ਕਰੀਬੀ ਰਿਸ਼ਤੇਦਾਰ ਨੇ ਪੰਜਾਬ ਸਰਕਾਰ ਦੇ ਕਈ ਵਿਭਾਗਾਂ ਵਿੱਚ ਨੌਕਰੀ ਹਾਸਲ ਕਰਨ ਲਈ ਪ੍ਰੀਖਿਆ ਦਿੱਤੀ ਸੀ ਪਰ ਉਹ ਕਾਮਯਾਬ ਨਹੀਂ ਹੋਇਆ। ਪੰਜਾਬ ਦੇ ਹੀ ਇੱਕ ਸਰਕਾਰੀ ਵਿਭਾਗ ਦਾ ਇਹ ਅਫਸਰ, ਕਿਉਂਕਿ ਬਾਦਲ ਦਾ ਜਾਣਕਾਰ ਅਤੇ ਕਰੀਬੀ ਤਾਂ ਸੀ, ਮੁੱਖ ਮੰਤਰੀ ਨੇ ਗੱਲ ਵੀ ਧਿਆਨ ਨਾਲ ਸੁਣੀ ਅਤੇ ਇਸ ਵਿਅਕਤੀ ਨੇ ਮੁੱਖ ਮੰਤਰੀ ਨਾਲ ਗੱਲਬਾਤ ਦੌਰਾਨ ਇਹ ਵੀ ਦਾਅਵਾ ਕੀਤਾ ਕਿ ਉਸਦਾ ਰਿਸ਼ਤੇਦਾਰ ਨਲਾਇਕ ਬੱਚਾ ਨਹੀਂ ਹੈ, ਜਦੋਂ ਕਿ ਚਾਰ ਚੁਫੇਰੇ ਚਰਚਾ ਇਹ ਹੈ ਕਿ ਨਲਾਇਕ ਕਿਸਮ ਦੇ ਬੱਚੇ ਨੌਕਰੀਆਂ ਦੀ ਕੀਮਤ ਅਦਾ ਕਰਕੇ ਸਰਕਾਰੀ ਵਿਭਾਗਾਂ ਵਿੱਚ ਸੌਖਿਆਂ ਹੀ ਨੌਕਰੀਆਂ ਹਾਸਲ ਕਰ ਰਹੇ ਨੇ। ਇਹ ਗੱਲ ਸੁਣਦਿਆਂ ਹੀ ਬਾਦਲ ਦੇ ਕੰਨ ਖੜ੍ਹੇ ਹੋ ਗਏ ਅਤੇ ਮੁੱਖ ਮੰਤਰੀ ਨੇ ਤੁਰੰਤ ਹੀ ਉਸ ਵੇਲੇ ਦੇ ਬਿਜਨਸ ਦੇ ਮੁਖੀ ਸੁਰੇਸ਼ ਅਰੋੜਾ ਨੂੰ ਸੁਨੇਹਾ ਭੇਜਿਆ। ਅਰੋੜਾ ਨਾਲ ਮੀਟਿੰਗ ਕਰਕੇ ਮੁੱਖ ਮੰਤਰੀ ਨੇ ਇਸ ਮਾਮਲੇ ਦੀ ਤਹਿ ਤੱਕ ਜਾਣ ਦੀ ਹਦਾਇਤ ਕੀਤੀ। ਇੱਥੋਂ ਸ਼ੁਰੂ ਹੁੰਦੀ ਹੈ ਪੰਜਾਬ ਵਿੱਚ ਨੌਕਰੀਆਂ ਦੀ ਨਿਲਾਮੀ ਦੇ ਮਾਮਲੇ ਦੀ ਮੁੱਢਲੀ ਤਫਤੀਸ਼। ਪਰ ਇਸ ਦੇ ਨਾਲ ਹੀ ਇਹ ਵੀ ਦੱਸਣਾ ਬਣਦਾ ਕਿ ਸਰਕਾਰਾਂ ਵਿੱਚ ਇੱਕ ਅਜਿਹਾ ਦੌਰ ਸੀ ਜਦੋਂ ਪੰਜਾਬ ਲੋਕ ਸੇਵਾ ਕਮਿਸ਼ਨ PPSC ਵਿੱਚ ਨੌਕਰੀਆਂ ਦੀ ਖੁੱਲ੍ਹੀ ਬੋਲੀ ਲੱਗਣ ਦੇ ਤੱਥ ਸਾਹਮਣੇ ਆਉਣ 'ਤੇ ਕਮਿਸ਼ਨ ਦੇ ਇੱਕ ਚੇਅਰਮੈਨ ਵੱਲੋਂ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਸਲਾਖਾਂ ਪਿੱਛੇ ਜਾਣ ਅਤੇ ਉਸਦੇ ਬੈਂਕ ਲੌਕਰਾਂ ਵਿੱਚੋਂ ਕਰੋੜਾਂ ਰੁਪਏ ਦੇ ਬੇਪਰਦ ਹੋਣ ਤੋਂ ਬਾਅਦ ਪੰਜਾਬ ਦੇ ਵੱਡੇ ਸਿਆਸਤਦਾਨ ਨੌਕਰੀਆਂ ਦਿਵਾਉਣ ਲਈ ਵੱਡੀ ਖਾਨ ਨੂੰ ਕੋਲਿਆਂ ਦੀ ਦਲਾਲੀ ਵਾਲਾ ਕੰਮ ਮੰਨਣ ਲੱਗ ਗਏ ਸੀ। ਹਾਲਾਂਕਿ ਸੁਣਦੇ ਸਾਂ ਕਿ ਛੋਟੇ ਮੋਟੇ ਸਿਆਸਤਦਾਨ ਇਸ ਮਾਮਲੇ ਵਿੱਚ ਦਾਅ ਲਾਉਣ ਤੋਂ ਗੁਰੇਜ਼ ਨਹੀਂ ਸੀ ਕਰਦੇ। ਮਿਸਾਲ ਦੇ ਤੌਰ 'ਤੇ ਲੰਬੀ ਮਲੋਟ ਵਿਧਾਨ ਸਭਾ ਹਲਕਿਆਂ ਅਤੇ ਬਠਿੰਡਾ ਜ਼ਿਲ੍ਹੇ ਨਾਲ ਸੰਬੰਧਿਤ ਕੁਝ ਅਕਾਲੀਆਂ ਦੀ ਸ਼ਮੂਲੀਅਤ ਇਸ ਨੌਕਰੀ ਘੁਟਾਲੇ ਵਿੱਚ ਗੂੰਜਣ ਲੱਗੀ ਸੀ। ਹੁਣ ਗੱਲ ਕਰੀਏ UP ਦੇ ਗੁਰੂ ਵੱਲੋਂ ਪੰਜਾਬ ਵਿੱਚ ਪੈਸੇ ਦੇ ਦਮ 'ਤੇ ਨੌਕਰੀਆਂ ਦਿਵਾਉਣ ਦੇ ਮਾਮਲੇ ਨਾਲ ਜੁੜੀ ਤਫਤੀਸ਼ ਦੇ ਪਹਿਲੂਆਂ ਦੀ। ਵਿਜੀਲੈਂਸ ਦੀ ਉਸ ਸਮੇਂ ਦੀ ਡਾਇਰੈਕਟਰ ਵੀ ਨੀਰਜਾ ਨੇ ਤਫਤੀਸ਼ ਦੀ ਨਿਗਰਾਨੀ ਕੀਤੀ ਜਦੋਂ ਕਿ ਸੇਵਾ ਮੁਕਤ DIG ਸੁਰਜੀਤ ਸਿੰਘ, ਜੋ ਕਿ ਉਸ ਸਮੇਂ ਵਿਜੀਲੈਂਸ ਵਿੱਚ AIG ਸਨ, ਨੇ ਖੁਦ ਤਫਤੀਸ਼ ਕੀਤੀ। ਸੁਰੇਸ਼ ਅਰੋੜਾ ਨਾਲ ਕੰਮ ਕਰਨ ਵਾਲੇ ਉਸ ਵੇਲੇ ਦੇ ਪੁਲਿਸ ਅਫਸਰਾਂ ਦਾ ਦੱਸਣਾ ਹੈ ਕਿ ਮੁੱਢਲੇ ਤੌਰ 'ਤੇ ਜਦੋਂ ਨੌਕਰੀਆਂ ਵਿਕਣ ਦੇ ਮਾਮਲੇ ਦੀ ਤਫਤੀਸ਼ ਕੀਤੀ ਤਾਂ ਬੜੇ ਹੀ ਹੈਰਾਨੀਜਨਕ ਤੱਥ ਸਾਹਮਣੇ ਆਏ। ਸਭ ਤੋਂ ਪਹਿਲਾਂ ਉਹਨਾਂ ਦਿਨਾਂ ਦੌਰਾਨ ਸਰਕਾਰੀ ਵਿਭਾਗਾਂ ਵਿੱਚ ਹੋਈ ਭਰਤੀ ਦੇ ਉਮੀਦਵਾਰਾਂ ਦੀ ਸੂਚੀ ਤਿਆਰ ਕੀਤੀ ਗਈ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਇਸ ਸੂਚੀ ਵਿਚਲੇ ਉਮੀਦਵਾਰਾਂ ਦੇ ਮੋਬਾਈਲ ਫੋਨ ਨੰਬਰਾਂ ਨੂੰ ਪੁੱਛਿਆ ਗਿਆ, ਮੋਬਾਈਲ ਫੋਨਾਂ ਦੀ ਲੋਕੇਸ਼ਨ ਹਾਸਲ ਕੀਤੀ ਗਈ। ਪਹਿਲੇ ਸੱਟੇ ਹੀ ਅੱਖਾਂ ਖੋਲ੍ਹਣ ਵਾਲੇ ਤੱਥ ਇਹ ਸਾਹਮਣੇ ਆਉਣ ਲੱਗੇ। ਜਿਵੇਂ ਪੰਜਾਬ ਦੇ ਕੁਝ ਨੌਜਵਾਨ ਜੋ ਨੌਕਰੀਆਂ ਹਾਸਲ ਕਰਨ ਵਿੱਚ ਕਾਮਯਾਬੀ ਹਾਸਲ ਕਰ ਚੁੱਕੇ ਸਨ, ਨੌਕਰੀ ਹਾਸਲ ਕਰਨ ਲਈ ਦਿੱਤੀ ਜਾਣ ਵਾਲੀ ਲਿਖਤੀ ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਪੰਜਾਬ ਤੋਂ ਬਾਹਰ ਇੱਕੋ ਥਾਂ 'ਤੇ ਇਕੱਠੇ ਹੋਏ। ਜਾਂਚ ਨੂੰ ਅੱਗੇ ਵਧਾਉਂਦਿਆਂ ਦੇਖਿਆ ਗਿਆ ਕਿ ਪੰਜਾਬ ਦੇ ਇਹ ਨੌਜਵਾਨ ਪੇਪਰ ਤੋਂ ਇੱਕ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਗਏ ਸਨ। ਵਿਜੀਲੈਂਸ ਨੇ ਸੋਰਸ ਰਿਪੋਰਟ ਤਿਆਰ ਕਰਨ ਤੋਂ ਬਾਅਦ ਦੋ ਉਮੀਦਵਾਰਾਂ ਸੰਦੀਪ ਸਿੰਘ ਅਤੇ ਖੁਸ਼ਵੰਤ ਸਿੰਘ ਵਿਰੁੱਧ ਪਹਿਲਾ ਮਾਮਲਾ ਦਰਜ ਕੀਤਾ ਸੀ। ਵਿਜੀਲੈਂਸ ਦੀ ਮੁੱਢਲੀ ਤਫਤੀਸ਼ 'ਤੇ ਉਮੀਦਵਾਰਾਂ ਨੂੰ ਕਾਬੂ ਕਰਕੇ ਕੀਤੀ ਪੁੱਛਗਿੱਛ ਦੌਰਾਨ
ਵਿਜੀਲੈਂਸ ਦੀ ਤਫਤੀਸ਼ ਮੁਤਾਬਕ ਲਖਨਊ ਵਿੱਚ ਗੁਰੂ ਦੀ ਅਗਵਾਈ ਹੇਠ ਚੱਲ ਰਹੇ ਗਰੋਹ ਵੱਲੋਂ ਇਮਤਿਹਾਨ ਤੋਂ ਪਹਿਲਾਂ ਹੀ ਪੇਪਰ ਹਾਸਲ ਕਰਕੇ ਇਮਤਿਹਾਨ ਦੀ ਤਿਆਰੀ ਕਰਵਾਈ ਜਾਂਦੀ ਹੈ ਅਤੇ ਤਿਆਰੀ ਲਈ ਪ੍ਰਤੀ ਉਮੀਦਵਾਰ 10 ਲੱਖ ਤੋਂ ਲੈ ਕੇ ਨੌਕਰੀ ਦੇ ਹਿਸਾਬ ਨਾਲ 30 ਲੱਖ ਰੁਪਏ ਤੱਕ ਹਾਸਲ ਕੀਤੇ ਜਾਂਦੇ ਨੇ। ਦੋਸਤੋ, ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ। ਤੁਸੀਂ ਇਸ ਵੀਡੀਓ ਨੂੰ ਲਾਈਕ ਕਰਨ ਲਈ ਬੈੱਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਅਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ। ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ। ਧੰਨਵਾਦ।